ਗੁੰਜਾ ਸਿੱਖ ਵਿਰਸੇ ਦੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਗੁੰਜਾ ਸਿੱਖ ਵਿਰਸੇ ਦੀਆਂ ਤੁਹਾਡਾ ਸਵਾਗਤ ਹੈ। ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਦੋਸਤੋ, ਬੀਤੇ ਦਿਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹਾੜਾ ਸੰਸਾਰ ਭਰ ਦੇ ਸਿੱਖਾਂ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਆਓ ਇੱਕ ਨਜ਼ਰ ਮਾਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ। 22 ਸਤੰਬਰ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ ਸਨ। ਇਸ ਲਈ ਸਾਡੀ ਅੱਜ ਦੀ ਗਾਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਹੈ। ਭਾਈ ਗੁਰਦਾਸ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਕਰਦੇ ਹੋਏ ਲਿਖਿਆ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਵਾਕਿਆ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚ ਧਰਮ ਅਤੇ ਨੇਕੀ ਦੇ ਉਹ ਸੂਰਜ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਗੁਰਮਤਿ ਗਿਆਨ ਦੀ ਰੋਸ਼ਨੀ ਦਿੱਤੀ ਸੀ। ਜ਼ਾਹਰ ਪੀਰ ਜਗਤ ਗੁਰ ਬਾਬਾ ਦਾ ਪ੍ਰਕਾਸ਼ 15 ਅਪ੍ਰੈਲ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ ਤਾਂ ਦੌਲਤਾਂ ਦਾਈ ਨੇ ਮਾਂ ਤ੍ਰਿਪਤਾ ਤੇ ਪਿਤਾ ਮਹਿਤਾ ਕਾਲੂ ਜੀ ਨੂੰ ਆਖਿਆ, ਧੰਨ ਭਾਗ ਨੇ ਤੁਹਾਡੇ ਤੇ ਅਸਾਡੇ ਕਿ ਅਸਾਂ ਕਿਸੇ ਰੱਬੀ ਨੂਰ ਦੇ ਦਰਸ਼ਨ ਕੀਤੇ ਹਨ। 5 ਸਾਲ ਦੀ ਬੱਚੀ ਬੇਬੇ ਨਾਨਕੀ ਜੀ ਦਰਸ਼ਨ ਕਰਕੇ ਕਹਿਣ ਲੱਗੀ, ਮਾਂ ਮੇਰਾ ਵੀਰ ਤਾਂ ਰੱਬੀ ਪੈਗੰਬਰ ਲੱਗਦਾ ਹੈ, ਜਨੇਊ ਪਾ ਕੇ ਦੁਨਿਆਵੀ ਰਸਮਾਂ ਤੇ ਰਿਵਾਜਾਂ ਵਿੱਚ ਬੰਨਣ ਵਾਲੇ ਪੰਡਿਤ ਹਰਦਿਆਲ ਨੂੰ ਆਪ ਜੀ ਨੇ ਅਹਿਸਾਸ ਕਰਵਾ ਦਿੱਤਾ ਸੀ ਕਿ ਧਰਮੀ ਬਾਹਰਲੇ ਚਿੰਨ੍ਹਾਂ ਨਾਲ ਨਹੀਂ ਸਗੋਂ ਅੰਦਰਲੇ ਗੁਣਾਂ ਨਾਲ ਹੀ ਬਣਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵਿਚਾਰਿਆ ਕਿ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਬਿਨਾਂ ਕਿਸੇ ਦੇ ਦੁੱਖ ਭੁੱਖ ਦੀ ਪਰਵਾਹ ਕੀਤੇ ਕਰਮਾਂ ਕਾਂਡਾਂ ਵਿੱਚ ਮਸਤ ਰਹਿੰਦੇ ਹਨ, ਅਤੇ ਦੁਨਿਆਵੀ ਲੋਕ ਧਰਮ ਵੱਲੋਂ ਮੂੰਹ ਮੋੜ ਕੇ ਧਨ ਕਮਾਉਣ ਵਿੱਚ ਹੀ ਉਮਰ ਗਵਾ ਲੈਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਰਕੇ ਧਰਮੀ ਤੇ ਸੰਸਾਰੀ ਬਿਰਤੀ ਦੇ ਲੋਕਾਂ ਨੂੰ ਵੰਡ ਛਕਣ ਅਤੇ ਕਿਰਤ ਕਰਨ ਦਾ ਸਿਧਾਂਤ ਦ੍ਰਿੜ ਕਰਵਾਇਆ। ਸੁਲਤਾਨਪੁਰ ਦੇ ਮੋਦੀਖਾਨੇ ਵਿੱਚ ਨੌਕਰੀ ਕਰਕੇ ਗੁਰੂ ਨਾਨਕ ਦੇਵ ਜੀ ਨੇ ਨੌਕਰੀ ਪੇਸ਼ਾ ਕਰਨ ਵਾਲੇ ਲੋਕਾਂ ਨੂੰ ਇਹ ਦੱਸਿਆ ਕਿ ਨੌਕਰੀ ਸਿਰਫ ਧਨ ਕਮਾਉਣ ਲਈ ਹੀ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਨੌਕਰੀ ਦਾ ਮਤਲਬ ਲੋਕਾਂ ਦੀ ਸੇਵਾ ਹੋਣਾ ਚਾਹੀਦਾ ਹੈ। ਹਰਿਦੁਆਰ ਵਿੱਚ ਸੂਰਜ ਨੂੰ ਪਾਣੀ ਦੇਣ ਵਾਲੇ ਲੋਕਾਂ ਨੂੰ ਗੁਰੂ ਜੀ ਨੇ ਸਮਝਾਇਆ ਕਿ ਅੰਧ ਵਿਸ਼ਵਾਸੀ ਰਸਮਾਂ ਤੇ ਕਰਮ ਕਾਂਡਾਂ ਵਿੱਚ ਸਮਾਂ ਬਰਬਾਦ ਕਰਨ ਨਾਲੋਂ ਵਾਤਾਵਰਨ ਅਤੇ ਜੀਵਾਂ ਦੀ ਸੇਵਾ ਸੰਭਾਲ ਨੂੰ ਕਿਤੇ ਵੱਧ ਮਹੱਤਵਪੂਰਨ ਸਮਝਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਗੁਰੂ ਸਨ। ਉਹਨਾਂ ਲਈ ਜਾਤਾਂ ਪਾਤਾਂ, ਨਸਲਾਂ ਜਾਂ ਦੇਸ਼ ਦੀਆਂ ਵੰਡੀਆਂ ਕੋਈ ਮਹੱਤਵ ਨਹੀਂ ਰੱਖਦੀਆਂ ਸਨ। ਪਰ ਅੱਜ ਸਾਨੂੰ ਅਫਸੋਸ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰਬ ਸਾਂਝੀ ਵਾਲਤਾ ਭਰਪੂਰ ਫਲਸਫੇ ਨੂੰ ਨਾ ਤਾਂ ਅਸੀਂ ਖੁਦ ਸਮਝਣ ਦਾ ਯਤਨ ਕਰ ਰਹੇ ਹਾਂ ਅਤੇ ਨਾ ਹੀ ਅਸੀਂ ਇਸ ਫਲਸਫੇ ਨੂੰ ਸਮੁੱਚੀ ਮਾਨਵਤਾ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਾਂ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਮਿਲੇ ਗੁਰੂ ਹੁਕਮਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਕਮਾਉਣ ਨਾਲੋਂ ਪੂਜਾ ਪਾਠ ਦੇ ਤੌਰ 'ਤੇ ਵਰਤਣ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਾਂ, ਜਦਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜਿਉਣ ਨੂੰ ਜ਼ਿਆਦਾ ਮਹੱਤਵ ਦਿੱਤਾ ਸੀ। ਜਿਉਂਦੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਮਤਿ ਦਾ ਪ੍ਰਚਾਰ ਪੂਰੇ ਏਸ਼ੀਆ ਵਿੱਚ ਪੈਦਲ ਜਾ ਕੇ ਕਰ ਵਿਖਾਇਆ ਸੀ, ਜਿਸ ਦੇ ਫਲਸਰੂਪ ਵੱਖ ਵੱਖ ਦੇਸ਼ਾਂ ਅਤੇ ਧਰਮਾਂ ਦੇ ਕਰੋੜਾਂ ਲੋਕ ਗੁਰੂ ਨਾਨਕ ਨਾਮ ਲੇਵਾ ਬਣ ਗਏ ਸਨ। ਪਰ ਅੱਜ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਅਸੀਂ ਉਹਨਾਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਾਂ ਕੀ ਸੰਭਾਲਣਾ ਸੀ, ਸਿੱਖ ਖੁਦ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ਾਂ ਦਾ ਮਹੱਤਵ ਭੁੱਲ ਗਏ ਹਨ। ਭਾਈ ਲਹਿਣਾ ਜੀ ਨੇ ਸਿੱਖੀ ਦੇ ਪ੍ਰਚਾਰ ਨੂੰ ਇਤਨਾ ਮਹੱਤਵਪੂਰਨ ਸਮਝਿਆ ਸੀ ਕਿ ਉਹ ਆਪਣਾ ਕਾਰੋਬਾਰ, ਪਰਿਵਾਰ ਅਤੇ ਪੁਰਾਣਾ ਧਰਮ ਸਭ ਕੁਝ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਆਖਰੀ ਸਮਾਂ ਕਿਰਤ ਕਰਦਿਆਂ ਹੋਇਆਂ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਸੀ, ਅਤੇ ਇੱਥੇ ਹੀ ਆਪ ਜੀ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਸੌਂਪ ਕੇ ਉਹਨਾਂ ਨੂੰ ਲਹਿਣੇ ਤੋਂ ਅੰਗਦ ਬਣਾ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ ਸਨ। ਦੋਸਤੋ, ਇਸ ਮੌਕੇ ਦਿਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਨਾਨਕ ਪਿਆਓ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਪੰਥ ਪ੍ਰਸਿੱਧ ਆਗਿਆ ਨੇ ਕੀਰਤਨ ਦੁਆਰਾ ਸ਼ਰਧਾ ਦੇ ਫੁੱਲ ਭੇਟ ਕੀਤੇ। ਮੋਤੀ ਤਮੰਨ ਤੋ ਸਰ ਮੋਤੀ ਤਮੰਨ
ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਜਿੱਥੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ, ਉੱਥੇ ਨਾਲ ਹੀ ਮੌਜੂਦਾ ਹਾਲਾਤਾਂ ਤੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ। ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਸਮਾਗਮ ਮਨਾ ਰਹੇ ਹਾਂ। ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਨੇ ਜਿਹੜੀ ਜੋਤ ਉਹ ਧੁਰੋਂ ਲੈ ਕੇ ਆਏ ਸੀਗੇ, ਉਸ ਨੂੰ ਭਾਈ ਲਹਿਣਾ ਜੀ ਦੇ ਵਿੱਚ ਵਸਾ ਕੇ ਗੁਰੂ ਅੰਗਦ ਦਾ ਦਰਜਾ ਦਿੱਤਾ, ਔਰ ਉਹੀ ਜੋਤ ਚੱਲਦੀ ਹੋਈ ਸਾਰੇ ਗੁਰੂਆਂ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਨਾਜ਼ਰ ਹੈ, ਜਿਸ ਨੂੰ ਪੂਰਾ ਸਿੱਖ ਸਮਾਜ ਆਪਣਾ ਗੁਰੂ ਮੰਨਦਾ। ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਹੈ ਉਹ ਸਾਰੇ ਗੁਰੂਆਂ ਨੇ ਆਪਣੇ ਆਪਣੇ ਸਮੇਂ 'ਚ ਲੋਕਾਂ ਤੱਕ ਪਹੁੰਚਾਇਆ। ਸਾਂਝੀ ਵਾਲਤਾ ਦਾ, ਕਿਰਤ ਕਰਨ ਦਾ, ਊਚ ਨੀਚ ਖਤਮ ਕਰਨ ਦਾ, ਧਰਮ ਭੁਲੇਖਿਆਂ 'ਚੋਂ ਕੱਢਣ ਦਾ, ਔਰ ਸਭ ਤੋਂ ਵੱਡੀ ਗੱਲ ਗ੍ਰਸਤੀ ਦਾ, ਔਰਤ ਦੀ ਇੱਜ਼ਤ ਦਾ। ਮੈਂ ਸਮਝਦਾ ਵਾਂ ਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਕੋਈ ਦਿਨ ਮਨਾਈਏ, ਇਹ ਸਾਰੀਆਂ ਗੱਲਾਂ ਸਾਨੂੰ ਜ਼ਰੂਰ ਯਾਦ ਰੱਖਣੀਆਂ ਚਾਹੀਦੀਆਂ। ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ, ਬਾਦਲ ਸਾਹਿਬ ਨੇ ਵੀ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਜਾਵੇ, ਉੱਥੇ ਕੋਈ ਵੀਜ਼ਾ ਕੋਈ ਪਾਸਪੋਰਟ ਦੀ ਲੋੜ ਨਾ ਪਵੇ, ਔਰ ਸਾਨੂੰ ਉਮੀਦ ਹੈ ਅਸੀਂ ਛੇਤੀ ਦੋਵੇਂ ਸਰਕਾਰਾਂ, ਪਾਕਿਸਤਾਨ ਦੀ ਔਰ ਹਿੰਦੁਸਤਾਨ ਦੀ ਸਰਕਾਰਾਂ ਤੋਂ ਇਹ ਕੰਮ ਕਰਾਵਾਂਗੇ। ਅੱਜ ਜੋਤੀ ਜੋਤ ਪੂਰਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਮਨਾ ਰਹੇ ਹਾਂ। ਉਸ ਦੇ ਵਿੱਚ ਮੈਂ ਖਾਸ ਤੌਰ 'ਤੇ ਸੰਗਤ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਮਾਨਵਤਾ ਦੀ ਭਲਾਈ ਦੀ ਗੱਲ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੀਤੀ, ਜਿਹੜੇ ਇੱਕ ਓਂਕਾਰ ਦੇ ਨਾਲ
गुरु नानक देव पातशाह ने जोड़िया है और जिस तरीके उन्होंने अज्ञानता कढ़ के ज्ञानता के नाल ज्ञान रूपी चेतना के नाल जिस तरह जोड़िया है सतगुरु सच्चे पातशाह कृपा करें असी इस कौम ऐसी तरह इस कौम की सेवा करते रहिए और गुरु नानक देव पातशाह ने जो दसिया नारग किरत करता नाम दिता अरविंद चकना का जो संदेश उन्होंने दिता उस चलते हुए अपने अंदर हंकार कढ़ के तो सेवा भावना और समर्पण भावना के नाल जुड़ के असी संगत की गुरु की अपनी कौम की सेवा करते रहिए। देखो गुरु नानक साहब ने बहुत सीधी गल्लां कीतियां ने और सीधी गल्लां संगत नाल कीतियां ने और राह पाया जे हरिद्वार गए ने तो उन्होंने कहा भी तुहाडा पानी किन्नी दूर जा रहा पंडित ने पूछा वो कहिंदे 20,000 कोस दूर उपरे किन्नी कोस 1,000 कोस दूर तो महाराज ने कहा मेरा पिंड 500 किलोमीटर इत्थे तो मेरा पानी इत्थे नहीं जाएगा। इदां दे कई भरम भुलेखे महाराज ने दूर किए ने और एक गल समझ लैना गुरु नानक साहब ने एक फॉर्मूला अपनाया सी कि कहिंदे गल करन नाल गल बनदी है। उन्होंने हर उस बंदे नाल गल की है जिहड़ा किसी भरम नाल जो कोई किसी संगत ते अत्याचार कर रहा सी या जो किसी किस्म नाल भी अपनी प्रजा नाल बिशक कोई राजा होवे उन्होंने समझाया तो जे गुरु नानक साहब ने देखिए कि महाराज ने बाबर नूं भी पूरी वंगार मारी सी कि इस तरह आप समझ लीए कि गुरु नानक साहब जिते शांति की गल की है उत्थे जो कोई जालम राजा आया उन्होंने भी वंगारन की गल गुरु नानक साहब ने की है। असी पहला समागम जो है 28 सितंबर तो बेबे नानक नूं समर्पित किया है माता सुंदरी गुरुद्वारे असी तरह असी हर महीने एक बीबी माता खीवी जी माता गंगा जी माता साहिब कौर जी इदा जिहड़े जिहड़े मातावां ने पंथ नूं राह पाया पंथ नूं दर्शन देने पंथ नूं अगवाई दित्ती है उन्हां सारियां मावां नाल असी मातावां दा ध्यान रख के उन्हां नूं दिन समर्पित करांगे। ये अज तो पहले कभी भी दिल्ली दे विच इहो जिहा समागम नहीं होए यह पहली बार होने जा रहा है तो ये विशेष योगदान सरदार मनजीत सिंह जी के प्रधान साहब और दिनेश कत्तर मनिंदर सिंह सरसा जिहड़े हमेशा ही धर्म प्रचार के कार्यों वास्ते कभी भी उन्होंने ना नहीं की असं धनवादी हाँ और संगत भी धनवादी हाँ कि उन्होंने यहोजी टीम भेजी है कि जी हमेशा ही धर्म कार्यों वास्ते अगे वध के आई है। दोस्तों दिल्ली सिख गुरुद्वारा प्रबंधक कमेटी के सबका प्रधान सरदार परमजीत सिंह सरना वालों गुरुद्वारा बंगला साहब की मास्टर तारा सिंह कार पार्किंग NDMC 25 साल बाद सपुरद किए जाने के करार संबंधी दिल्ली सिख गुरुद्वारा प्रबंधक कमेटी के प्रधान सरदार मनजीत सिंह जीके ने कई सवाल चुके। सरदार जीके ने कहा कि किसी भी कीमत से कार पार्किंग की मलकीयत NDMC नहीं दी जाएगी। जो इलेक्शन हुई थी हमारी वो हुई थी 27 जनवरी को और 30 जनवरी को रिजल्ट आया था। हमारे को चार्ज मिला 26 फरवरी को और जो बातें हमने आगे कही है कि जो हमारी पहली कमेटी थी उन्होंने इसके दौरान या इससे पहले कई ऐसे अहम डॉक्यूमेंट्स कई ऐसे कंप्यूटर में से हार्ड डिस्क कई चीज़ें यहाँ से गायब करी कि जिसके जिसका उनको समझ थी कि जो लोगों का संगत का इस बारी का जो फैसला है वो क्या आने वाला है और वो चाहते थे कि कोई ऐसा डॉक्यूमेंट हम यहाँ ना छोड़ जाए जिससे उनके काले चिट्ठों की पोल खुल जाए जिससे उनकी चोरियों की पोल खुल जाए और उसी की एक कड़ी में जो बहुत अहम हमारा एक इशू है वो बंगला साहब के सामने राजा जय सिंह रोड पे अंडरग्राउंड पार्किंग का मुद्दा ये मास्टर तारा सिंह जी के नाम पे ये पार्किंग बनी। इसकी हिस्ट्री में एक मिनट में खत्म कर दूं कि 1968 में राजा जयसिंह मार्ग होती थी या सड़क चलती थी उस वक्त की जो कमेटी थी उसमें मेरे पिता जथेदार संतोष सिंह सेक्रेटरी हुआ करते थे। इंदिरा गांधी से उस वक्त ये सड़क को बंद करवाया गया राजा जयसिंह मार्ग को बंद किया गया और इसको गुरुद्वारे के बीच में मिला दिया गया ताकि इसको एज ए पार्किंग गुरुद्वारे के सामने क्योंकि इतना रश होता था इतनी गाड़ियां आती थी इसको यूज किया जाए। समा बदला वहां पे संगत का हिंदू सिख मुसलमान ईसाई सब लोग बंगला साहब में अपनी मन्नतें मानने जाते हैं और इस स्थान पर इतना रश पड़ने लग गया कि गाड़ी खड़ी करने की जगह नहीं थी। कमेटी आई अकाली दल की जथेदार अवतार सिंह हित और साहब कुलमोहन सिंह जनरल सेक्रेटरी थे
उन्होंने उस वक्त एनडीएमसी और लेफ्टिनेंट गवर्नर को अप्रोच किया, आपको जो कागज दिए गए हैं इसमें चिट्ठियां लगी हुई है कि एनडीएमसी भी नक्शे मांग रही है, लेफ्टिनेंट गवर्नर भी चिट्ठी लिख रहे हैं हमारे को कि आप अपने नक्शे सबमिट करें और हम ये मल्टी लेवल पार्किंग जिसकी कैपेसिटी 900 से लेकर 1000 गाड़ी तक है इसको अलाउ करते हैं। नींव पत्थर रखा गया, उसके बाद जनरल इलेक्शंस आ गई। जनरल इलेक्शंस के बाद सरना साहब की कमेटी होंद में आई, बड़ी मेजॉरिटी से वो दिल्ली में जीते और उन्होंने ये पार्किंग का काम शुरू किया। हम लोगों को किसी को कोई इलम नहीं कि क्या हो रहा है, हम लोग यही सोच रहे हैं कि ये पार्किंग जैसे चल रही थी इसकी परमिशन मिली है और पार्किंग बननी शुरू हो गई। लेकिन ये पार्किंग बनने के दौरान जो डॉक्यूमेंट्स है, जो कार्रवाई हुई, वो सारी को बहुत ही गोपनीय रखा गया और वो सारी कार्रवाई के पेपर भी यहां से हटा लिए गए। हमें जब ये चीज का इलम हुआ कि इसमें कुछ काला है, दाल में कुछ काला है, हमने अपने सोर्सेस से इंफॉर्मेशन निकालनी शुरू करी। उसकी जो डिटेल है आपको हम दे रहे हैं कि सरना साहब एनडीएमसी को एक एमओयू साइन करने के लिए एडवोकेट फुलका साहब को ऑथराइज करते हैं कि एमओयू बना के दिया जाए। एडवोकेट फुलका साहब वो एमओयू तैयार करके इनको देते हैं, इनकी इंस्ट्रक्शंस होती है कि इस लाइन पे ये एमओयू बने। सरना साहब 20 तारीख को इनको लीगल ओपिनियन इस एमओयू के बारे में मिलता है, 21 एक 2005 को सरना साहब अपनी पावर जो है वो सीनियर वाइस प्रेसिडेंट मिस्टर रानीबाग जी को अपनी पावर ट्रांसफर करते और आप अवकाश प्राप्त करते हैं यहां से कि मैं व्यस्त हूं कि मैं नहीं आ सकता। 21 तारीख को रानीबाग जी को पावर जाती है, 4 फरवरी को जीएम को जो उस वक्त साथ सोरेन सिंह थे, रानीबाग जी ऑथराइज करते हैं कि आप इस एमओयू को साइन करें एनडीएमसी के साथ एज डिजायर्ड। जब एज डिजायर्ड आता है तो इसका मतलब है कि प्रेसिडेंट की डिजायर है यह एमओयू को साइन किया जाए। बलदेव सिंह रानीबाग जी उनको ऑथराइज करते हैं। 10 तारीख को यह एमओयू साइन होता है एनडीएमसी के साथ और वो एनडी जो साइन किया जाता है एमओयू उसके अंदर अगर आप 15 नंबर पेज निकले जो आपके पास हमने बंच दिया इसका 15 नंबर पेज निकाले और पैरे 2 पे आ जाए, 15 नंबर पेज पैरा 2 ये लिखता है DSGMC फ्रॉम द फंड सोली टू बी प्रोवाइडेड बाय इट्सेल्फ कंस्ट्रक्ट मल्टी लेवल अंडरग्राउंड पार्किंग एंड द पब्लिक पार्क ऑन द सरफेस देयरफॉर अगली लाइन सुने द ओनरशिप ऑफ द बिल्डिंग एंड पब्लिक पार्क सो कंस्ट्रक्टेड शेल वेस्ट इन एनडीएमसी फॉर ऑल इंटेंट्स एंड ऑल पर्पसेस एंड DSGMC शेल नॉट बी एंटाइटल्ड टू रिमूव द सेल और टू क्लेम एनी कंपनसेशन
whatsoever in respect of the same at any time. Shall west aur kamma se matlab saadi jaydaad si aaj tak ye hamari jaydaad thi. Hamara president likhta hai ki shall west ki ye jaydaad aaj ke baad NDMC ki. ये अरबों रुपए की जमीन जो 1968 से गुरुद्वारा बंगला साहब के साथ दिल्ली गुरुद्वारा कमेटी के पास थी, 90 से 100 करोड़ रुपया इसके कंस्ट्रक्शन पे लगा बाबा हरबंस सिंह कार सेवा के थ्रू. और ये लिखता है कि इसमें ना तो हम कंपनसेशन ले सकते हैं और ना इसका राइट हमारे पास रहता है. आप अगले पेज पे आ जाए 16 पे पैरा नंबर 7 पढ़े. जो इसने पहले लिखा उसको और क्लेरिफाई कर देता है. ये इसमें लिखता है दी लैंड ओवर, ये ध्यान से सुने, दी लैंड ओवर एंड बनीथ मल्टीनेशनल मल्टी लेवल अंडरग्राउंड पार्किंग एज ऑल्सो द बिल्डिंग ऑफ द मल्टी लेवल अंडरग्राउंड पार्किंग एंड द पब्लिक पार्क ऑन द सरफेस therefore shall remain vested with NDMC. उसने क्लियर कर दिया इसके नीचे की जमीन, ये बिल्डिंग, इसके ऊपर का पार्क, इसकी ऊपर की जमीन, ये सारा NDMC के पास रहेगा. एनी राइट टाइटल और इंटरेस्ट whatsoever इन रिस्पेक्ट देयर ऑफ शेल नॉट बी ट्रांसफर्ड और डीम्ड टू हैव बीन ट्रांसफर्ड इन द फेवर ऑफ DSGMC. अपने हाथ काट के दे दिए कि ना ये जमीन ना ये बिल्डिंग जिसपे 90 से 100 करोड़ पाउंड का लगा, जिसमें टोकरी एक अमीर आदमी से लेकर गरीब आदमी ने संगत में ढोई है, इसके ऊपर कोई क्लेम नहीं होगा. आगे लिखते हैं ऑन अकाउंट ऑफ देयर हैविंग प्रोवाइडेड द फंड्स फॉर द कंस्ट्रक्शन मेंटेनेंस ऑफ द पार्किंग सिस्टम और फॉर एनी अदर रीजन व्हाटसोएवर, कि इसका कोई भी हम क्लेम किसी तरीके का, कोई इसके बनाने का, कोई इसका मुआवजा, कोई इसकी कंपनसेशन हम नहीं ले सकते. 10 फरवरी 2005 को ये साइन होता है और सरना साहब की टेन्योर में साइन होता है. तब प्रधान 22/11/2004 से प्रधान है. दिल्ली सिख गुरुद्वारा की जमीन इनके प्रधान बनने के 3 महीने बाद ही, 3 महीने बाद ही इन्होंने दी. और ये आज यहां पे हम ऐलान करते हैं, कोई प्रेसिडेंट, चाहे मैं बैठा हूं या मेरे बाद कोई और बैठा है, किसी प्रेसिडेंट के पास कोई राइट नहीं है कि एक इंच जमीन गुरुद्वारे की दे दे. ये संगत की इमानत है, गुरु की इमानत है. देखो ये भी अंदर बड़े असिया सारे कागजात है जितने ने जेडे कागजात बड़ा सीधा सिद्ध करते हैं. एक गल पहली सीधे करते हैं, 1970 अंदर है ज्यादा सू मिल चुकी है, यह सरकार मानती पी है. दूजा कागज सिद्ध करता है कि एल जी साहब कह रहे हैं कि तुम अपने नक्शे दो, असं पार्टी का नक्शे पास करते हैं. तीजा कागज सिद्ध करता है कि सरदार परमजीत सिंह सरना ने एक साहब जी के तहत राणी बाग जी को चार्ज देंगे, राणी बाग जी अपना चार्ज देकर GM देंगे और यह एग्रीमेंट करके जी कौम की जायदाद सी जिदे उत्ते बाबा हरबंस सिंह जी द्वारा संगतों के पैसे नाल 100 करोड़ तो ज्यादा खर्च करके पार्किंग बनाई गई थी, वो सरकार में जाके वापस दे के आ जाते हैं एग्रीमेंट करके कि अब तो बाद जगह थोड़ी हो गई. ये कारण की सीगा, क्योंकि सत्ता के अंदर उन्होंने सत्ता लोभ सीगा, उन्होंने राज्यसभा चाहिए सी और कांग्रेस उन्होंने राज्यसभा ऑफर की गई थी इस कंडीशन पर भी तुम बंगला साहब की जगह जी ये सरकार में वापस दे दो तो तुम्हें राज्यसभा दे दी जाएगी. कौम ने ना त्रोह कमाया ना राज्यसभा मिली, तो कौम ने इन्ना वाला त्रोह पहली बार किसी ने इन्ना वाला त्रोह कमाया कि बंगला साहब वर्गे पवित्र स्थान की जगह जगह सरकार में जाकर. दोस्तों जम्मू कश्मीर विच होए कुदरती कैर दी दिल्ली सिख गुरुद्वारा प्रबंधक कमेटी वालों जो पहलकदमी की गई उसनू अगे तोरदे होए दिल्ली सिख गुरुद्वारा प्रबंधक कमेटी के प्रधान सरदार मनजीत सिंह GK वालों संगतों द्वारा भेजी गई रस समगरी के ट्रकों नू रोजाना हरी झंडी विखा के रवाना किया जा रहा है. थोड़ा बहुत भी कोई हिम्मत है उस काम से लगे ने, एक गगनप्रीत कौर कपूर एक डॉक्टर ने कीर्ति नगर के, इन्होंने पूरी वेस्ट दिल्ली तो जिन्हें इन्होंने डॉक्टर कुलीग ने जिन्हें इंजीनियर्स ने जिन्हें वे हाई अफ ने जो अच्छी पोजिशन से
ਉਹਨਾਂ ਪੁਜੀਸ਼ਨਾਂ ਨੇ ਆਪਸ ਕੁਲੈਕਟ ਕਰਕੇ ਇੱਥੋਂ 6 ਟਰੱਕ ਮਾਲ ਇਹ ਕੀ ਕਹਿੰਦੇ ਨੇ 2 ਟਰੱਕ ਉੱਥੇ ਹੁਣ ਏਅਰਪੋਰਟ 'ਤੇ ਮਿਲੇਗਾ, ਇੱਕ ਇਹ ਹੈ ਅਤੇ 3 ਪਹਿਲੇ ਜਾ ਚੁੱਕੇ ਨੇ ਅਤੇ ਮੇਰੇ ਕੋਲ ਮੈਨੂੰ ਕਹਿੰਦੇ ਕਿ ਤੁਸੀਂ ਅੱਗੇ ਸਾਨੂੰ ਵਿਦਾ ਕਰੋ ਅਤੇ ਮੈਂ ਸਮਝਦਾ ਕਿ ਇਹ ਗਗਨਪ੍ਰੀਤ ਕੌਰ ਕਪੂਰ ਅਤੇ ਇਹਨਾਂ ਦੀ ਸਾਰੀ ਟੀਮ ਜਿੱਦੀ ਹੈ ਜਿੰਨੇ ਇੱਥੇ ਖੜੇ ਨੇ, ਕੋਈ ਮੰਦਿਰ ਦਾ ਪ੍ਰਧਾਨ ਹੈ, ਕੋਈ ਕਿਸੇ ਗੁਰਦੁਆਰੇ ਦਾ ਪ੍ਰਧਾਨ ਹੈ, ਕੋਈ RW ਦਾ ਪ੍ਰਧਾਨ ਹੈ, ਕੋਈ ਹੋਰ ਜਿੰਨੇ ਵੀ ਇੱਥੇ, ਇਹਨਾਂ 'ਚ ਕੋਈ ਬੰਦਾ ਰਾਜਨੀਤਿਕ ਨਹੀਂ ਹੈ, ਕੋਈ ਰਾਜਨੀਤਿਕ ਫਾਇਦਾ ਲੈਣ ਵਾਸਤੇ ਨਹੀਂ ਹੈ, ਇਹ ਸਾਰੇ ਸੋਸ਼ਲ ਲੋਕ ਨੇ ਜਿਹੜੇ ਸਮਾਜ ਦੀ ਸੇਵਾ ਕਰ ਰਹੇ ਨੇ। ਇਹ ਟੀਮਾਂ ਜੀ, ਇਹ ਹਾਊਸ ਵਾਈਫ ਨੇ, ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਬੜਾ ਕੰਮ ਕੀਤਾ ਹੈ ਅਤੇ ਇਹ ਇਸ ਹਰੇ ਰਾਮਾ ਹਰੇ ਕ੍ਰਿਸ਼ਨਾ ਲਈ ਸੋਸਾਇਟੀ ਵਿੱਚ ਸੇਵਾ ਕਰ ਰਹੇ ਨੇ ਅਤੇ ਇਹ ਨੇ ਡਾਕਟਰ ਗਗਨਪ੍ਰੀਤ ਕੌਰ ਜਿਹੜੇ ਇਹ ਸਾਰਾ ਕੁਝ ਔਰਗਨਾਈਜ਼ ਕਰ ਰਹੇ ਨੇ ਅਤੇ ਖੁਦ ਵੀ ਸ਼੍ਰੀਨਗਰ ਜਾ ਰਹੇ, ਇਹ ਸਾਰੇ ਲੋਕ ਨਾਲ ਜਾ ਰਹੇ ਨੇ ਅਤੇ ਉੱਥੇ ਜਾ ਕੇ ਰਿਲੀਫ ਕੈਂਪ ਲਗਾ ਕੇ ਉੱਥੇ ਲੋਕਾਂ ਦੀ ਸੇਵਾ ਕਰਨਗੇ ਅਤੇ ਡਾਕਟਰਾਂ ਦੀ ਟੀਮ ਇਹਨਾਂ ਦੀ ਪਹਿਲੇ ਜਾ ਚੁੱਕੀ ਹੈ ਅਤੇ ਖੁਦ ਵੀ ਡਾਕਟਰ ਨੇ ਜਿਹੜੇ ਉੱਥੇ ਜਾ ਕੇ ਸਾਰਾ ਕੰਮ ਕਰਨਗੇ। ਥੈਂਕ ਯੂ ਵੈਰੀ ਮੱਚ। ਮੈਂ ਜਨਤਾ ਤੋਂ ਇਹੀ ਅਪੀਲ ਕਰਾਂਗੀ ਜੋ ਸਾਡੇ ਘਰ ਵਾਲੇ ਡਿਫਰੈਂਟ ਫੈਮਿਲੀਜ਼ ਬਿਲਕੁਲ ਵੱਡੇ ਤੋਂ ਵੱਡੇ, ਗਰੀਬ ਤੋਂ ਗਰੀਬ ਸੜਕਾਂ 'ਤੇ ਆ ਗਏ, ਜਿਨ੍ਹਾਂ ਕੋਲ ਅੱਜ ਖਾਣ ਵਾਸਤੇ ਰੋਟੀ ਨਹੀਂ ਹੈ, ਦਵਾਈ ਨਹੀਂ ਹੈ, ਮੈਕਸੀਮਮ ਮਦਦ ਕਰਕੇ ਅੱਗੇ ਆਉਣ ਔਰ ਆਪਣਾ ਆਪ ਉੱਥੇ ਪਹੁੰਚਾਉਣ ਤਾਂ ਕਿ ਪ੍ਰੋਪਰ ਹੱਥਾਂ ਵਿੱਚ ਨਾਲ ਸਮਾਨ ਪਹੁੰਚੇ। ਮੈਂ ਡਾਕਟਰ ਤੋਂ ਵੀ ਅਪੀਲ ਕਰਾਂਗੀ ਕਿ ਪਲੀਜ਼ ਥੋੜ੍ਹੀ ਥੋੜ੍ਹੀ ਸੇਵਾ ਕਸ਼ਮੀਰ ਜਾ ਕੇ ਕਰਨ। ਦੇਖੋ, ਅੱਜ ਇੱਥੇ ਮਾਨਵਤਾ ਦੇ ਭਲਾਈ ਲਈ ਪੱਛਮੀ ਦਿੱਲੀ ਦਾ ਜਿੰਨਾ ਵੀ ਯੁਵਾ ਹੈਗਾ ਉਹ ਸਾਰੇ ਮਿਲ ਕੇ ਉੱਥੇ ਦੁੱਧ, ਚਾਹ ਪੱਤੀ, ਇਸ ਤੋਂ ਇਲਾਵਾ ਆਟਾ, ਦਾਲ, ਚਾਵਲ, ਐਸੇ ਪ੍ਰੋਡਕਟਸ ਭੇਜੇ ਜਾ ਰਹੇ ਨੇ ਕਿ ਜਿਹੜੇ ਉੱਥੇ ਜਲਦ ਤੋਂ ਜਲਦ ਵਰਤਾ ਦੇਣ, ਜਿਹੜੇ ਉੱਥੇ ਜਲਦ ਤੋਂ ਜਲਦ ਵਰਤਾਏ ਜਾਣ ਤਾਂ ਕਿ ਉਸ ਦੇ ਵਿੱਚ ਦੇਰੀ ਨਾ ਹੋਵੇ, ਕਿਉਂਕਿ ਅਸੀਂ ਉੱਥੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਹਰ ਇੱਕ ਇਨਸਾਨ ਜਿਹੜਾ ਉਹਨੂੰ ਇਸ ਸਮੇਂ ਭੁੱਖ ਦੇ ਲਈ ਕੁਛ ਨਾ ਕੁਛ ਖਾਣ ਦੀ ਲੋੜ ਹੈ ਅਤੇ ਜੇ ਇੱਥੇ ਅਸੀਂ ਐਸੇ ਪ੍ਰੋਡਕਟਸ ਭੇਜ ਰਹੇ ਹਾਂ ਕਿ ਜਿਹੜਾ ਉੱਥੇ ਜਾ ਕੇ ਕਿਸੇ ਵੀ ਪਾਸੋਂ ਉਹਨਾਂ ਨੂੰ ਤੁਰੰਤ ਤੋਂ ਤੁਰੰਤ ਉਸ ਨੂੰ ਖਾ ਸਕਣ ਤਾਂ ਕਿ ਉਹਨਾਂ ਨੂੰ ਜੀਣ ਦੇ ਲਈ ਜਿਹੜਾ ਹੈਗਾ ਉਹ ਹਾਰ ਮਿਲੇ। ਜੰਮੂ ਕਸ਼ਮੀਰ ਵਿੱਚ ਹਰਾ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਹਾਲਾਤ ਹਾਲੇ ਵੀ ਖਾਸੇ ਚਿੰਤਾਜਨਕ ਬਣੇ ਹੋਏ ਨੇ। 21 ਦਿਨ ਬੀਤਣ ਮਗਰੋਂ ਵੀ ਕਲੋਨੀਆਂ ਵਿੱਚ ਕਰੀਬ 5-5 ਫੁੱਟ ਪਾਣੀ ਖੜਿਆ ਨਜ਼ਰ ਆ ਰਿਹਾ, ਜਿਸ ਕਾਰਨ ਜਗ੍ਹਾ ਜਗ੍ਹਾ ਗੰਦਗੀ ਅਤੇ ਬਦਬੂ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਹਿੱਤ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ, ਬਾਬਾ ਬੁੱਢਾ ਦਲ ਅਤੇ ਚੜ੍ਹਦੀ ਕਲਾ ਟਾਈਮ TV ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਉਚੇਚੇ ਤੌਰ 'ਤੇ ਰਾਹਤ ਸਮੱਗਰੀ ਲੈ ਕੇ ਜੰਮੂ ਕਸ਼ਮੀਰ ਪਹੁੰਚੇ ਅਤੇ ਉੱਥੇ ਉਹਨਾਂ ਦੇ ਲੋਕਾਂ ਦੇ ਮੁੜ ਵਸੇਵੇ ਲਈ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਦੇਣ ਦਾ ਭਰੋਸਾ ਕੀਤਾ। ਆਗੂ ਜਥੇਦਾਰ ਅਵਤਾਰ ਸਿੰਘ ਹਿੱਤ, ਸਾਬਕ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਬਕ ਪ੍ਰਧਾਨ ਦਿੱਲੀ ਸਟੇਟ ਸ਼੍ਰੋਮਣੀ ਅਕਾਲੀ ਦਲ ਅਤੇ ਸਾਡੇ ਸਾਰਿਆਂ ਦੇ ਸਤਿਕਾਰਯੋਗ ਜਥੇਦਾਰ ਕੁਲਦੀਪ ਸਿੰਘ ਜੀ ਭੋਗਲ, ਚੇਅਰਮੈਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਡਿੰਗ ਕਮੇਟੀ ਦੇ, ਉਹ ਵੀ ਉਚੇਚਾ ਦਿੱਲੀ ਤੋਂ ਆਏ ਹਨ। ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਬਾਲ ਸਿਖਾਈ ਮਿੱਤਰ ਸਿੰਘ ਸਾਹਿਬ, 96 ਕਰੋੜੀ ਚਲਦਾ ਵਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘ ਆ, ਉਹਨਾਂ ਦਾ ਜਜ਼ਬਾ, ਉਹਨਾਂ ਦਾ ਕਸ਼ਮੀਰੀ ਸਿੱਖਾਂ ਪ੍ਰਤੀ ਫਿਕਰ ਔਰ ਜੋ ਉਹਨਾਂ ਦੇ ਮਨ ਦੀ ਭਾਵਨਾ ਸੀ, ਮੈਂ ਉਸ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੇ ਨਾਲ ਆਇਆ ਹਾਂ ਅਤੇ ਉਹਨਾਂ ਨੇ ਬਹੁਤ ਵਧੀਆ ਉੱਦਮ ਕੀਤਾ ਹੈ ਕਿ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸੁਨੇਹਾ ਦੇ ਕੇ ਆਪਣੇ ਨਾਲ ਲੈ ਕੇ ਆਏ ਹਨ। 11 ਲੱਖ ਰੁਪਏ ਦਾ ਰਾਸ਼ਨ ਸਮੱਗਰੀ ਵੱਖਰੀ ਟਰੱਕਾਂ 'ਚ ਲੈ ਕੇ ਆਏ ਹਨ ਅਤੇ ਹੋਰ ਵੀ 5 ਲੱਖ ਰੁਪਏ ਇਹਨਾਂ ਨੇ ਪਹਿਲਾਂ ਵੀ ਦਿੱਤਾ, ਹੋਰ ਵੀ ਲੱਖਾਂ ਰੁਪਈਆ ਇਹ ਭੇਜਣਗੇ ਕਸ਼ਮੀਰ ਦੇ ਸਿੱਖਾਂ ਦੀ ਸਹਾਇਤਾ ਲਈ। ਮੈਂ ਜਥੇਦਾਰ ਅਵਤਾਰ ਸਿੰਘ ਹਿੱਤ, ਜੋ ਸਾਡੇ ਸਾਰਿਆਂ ਵਿੱਚੋਂ ਬਹੁਤ ਪੰਥ ਦੀ ਸਤਿਕਾਰਯੋਗ ਹਸਤੀ ਹਨ, ਵਿਦਵਾਨ ਲੀਡਰ ਹਨ ਔਰ ਕੌਮ ਲਈ ਹਮੇਸ਼ਾ ਸੇਵਾ ਅਤੇ ਕੁਰਬਾਨੀਆਂ ਕਰਦੇ ਰਹੇ ਹਨ, ਉਹ ਸਾਡੇ ਦਰਸ਼ਕਾਂ ਨੂੰ ਦੱਸਣਗੇ ਕਿ ਕਸ਼ਮੀਰ ਦੇ ਸਿੱਖਾਂ ਦੀ ਜੋ ਸਮੱਸਿਆ ਹੈ ਇਹ ਖਾਲਸਾ ਪੰਥ ਦੀ ਕੌਮੀ ਸਮੱਸਿਆ ਹੈ ਅਤੇ ਇਹਨਾਂ ਦੀ ਕਿਸ ਤਰ੍ਹਾਂ ਅਸੀਂ ਮਦਦ ਕਰ ਸਕਦੇ ਹਾਂ। ਹਿੱਤ ਸਾਹਿਬ, ਦੰਗੇ ਹੋਏ ਸੀ ਬੜੇ ਭਾਰੀ, ਉੱਥੇ ਲੋਕ ਮਰ ਗਏ ਸਨ, ਉੱਥੇ ਵੀ ਸਾਰਾ ਜਾ ਕੇ ਕਮਿਆਂ ਨੂੰ ਸੰਭਾਲਿਆ ਸੀ, ਸੋ ਆਪਣੀ ਪੂਰੀ ਜ਼ਿੰਮੇਵਾਰੀ ਤੇ ਡਿਊਟੀ ਨੂੰ ਸੰਭਾਲਦਿਆਂ ਹੋਇਆ ਇੱਥੇ ਦਾ ਜੋ ਲੰਗਰ ਦੀ ਸੇਵਾ, ਸਾਰੀਆਂ ਅਖਬਾਰਾਂ ਅਤੇ TV ਨੇ ਦੱਸਿਆ ਕਿ ਇੰਨਾ ਲੱਖਾਂ ਬੰਦੇ ਦਾ ਲੰਗਰ ਰੋਡ ਪੱਕ ਕੇ ਉੱਥੋਂ ਆਉਣਾ ਅਤੇ ਇੱਥੇ ਆ ਕੇ ਭੇਦਭਾਵ ਤੋਂ ਬਗੈਰ ਇੱਕ ਭਾਈ ਘਨੇਜੇ ਦੀ ਤਰ੍ਹਾਂ ਸੇਵਾ ਕਰਨੀ, ਰੱਬ ਦਾ ਰੂਪ ਸਮਝ ਕੇ ਅਕਾਲ ਪੁਰਖ ਦੇ ਚਰਨਾਂ 'ਚ ਧਿਆਨ ਰੱਖ ਕੇ, ਮੈਂ ਸਮਝਿਆ ਬਹੁਤ ਵੱਡੀ ਗੱਲ ਆ। ਔਰ ਅੱਜ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਜਿਹੜੇ ਅੱਜ ਉੱਥੋਂ ਬਹੁਤ ਵੱਡੇ
ਸੰਗਤ ਦੇ ਨਾਲ ਆਪਣੇ ਬਾਕੀ ਜਿੱਥੇ ਬੰਦਿਆਂ ਨਾਲ ਲੈ ਕੇ ਪੁੱਜੇ ਅਸੀਂ ਉਹਦੇ ਨਾਲ ਆਏ ਹਾਂ। ਮੈਂ ਇਹਦੇ 'ਚ ਕਹਿਣਾ ਚਾਹੁੰਦਾ ਕਿ ਬਾਬਾ ਸ਼੍ਰੋਮਣੀ ਕਮੇਟੀ ਸੇਵਾ ਕਰਦੀ ਰਹੀ ਆ, ਕਰ ਵੀ ਰਹੀ ਆ, ਅਤੇ ਮੈਂ ਕਹਿੰਦਾ ਇੰਨੀ ਵੱਡੀ ਸੇਵਾ ਜਿਹੜੀ ਕਰ ਰਿਹਾ ਇਹ ਇਹਨਾਂ ਦੀ ਜ਼ਿੰਮੇਵਾਰੀ ਵੀ ਆ, ਪਰ ਜ਼ਿੰਮੇਵਾਰੀ ਨਿਭਾਉਣੀ ਬਹੁਤ ਔਖੀ ਆ। ਬਹੁਤ ਵੱਡੀ ਸੇਵਾ, ਮੁਬਾਰਕ ਦਿੰਦਾ ਮੈਂ ਕਿ ਸਿੱਖਾਂ ਦਾ ਬਹੁਤ ਮਾਣ ਵਧਿਆ, ਸਿੱਖਾਂ ਨੂੰ ਪ੍ਰਵਾਸ ਮਿਲੀ ਆ ਇੱਥੇ ਵਾਲਿਆਂ ਨੂੰ ਵੀ ਅਤੇ ਬਾਹਰ ਵਾਲਿਆਂ ਨੂੰ ਵੀ, ਕਿ ਸ਼੍ਰੋਮਣੀ ਕਮੇਟੀ ਵਾਕਈ ਹਰ ਜਗ੍ਹਾ 'ਤੇ ਔਖੇ ਵੇਲੇ ਸਿੱਖਾਂ ਦੀ ਬਾਂਹ ਫੜਦੀ ਆ। ਮੈਂ ਬਾਬਾ ਬਲਵੀਰ ਸਿੰਘ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਜਿਹੜਾ ਬਾਣਾ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕੇ ਜਿਹੜੇ ਵਿਚਰ ਰਹੇ ਨੇ ਕੌਮ ਦੇ ਵਿੱਚ, ਦੇਸ਼ ਦੇ ਵਿੱਚ, ਸੰਸਾਰ ਦੇ ਵਿੱਚ, ਔਰ ਬਹੁਤ ਸਾਰੇ ਲੋਕਾਂ ਦੇ ਕਈ ਭੁਲੇਖੇ ਹੁੰਦੇ ਆ, ਇਹ ਉਹ ਸੰਪਰਦਾ ਕਿ ਜਿਨ੍ਹਾਂ ਨੇ ਹਮੇਸ਼ਾ ਔਖੇ ਸਮੇਂ ਪੰਥ ਨੂੰ ਮੁਸ਼ਕਲਾਂ 'ਚੋਂ ਕੱਢ ਕੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਇਹ ਲਿਆਉਂਦੇ ਰਹੇ, ਹਰ ਲੜਾਈ, ਹਰ ਮੈਦਾਨ, ਹਰ ਜੰਗ ਵਿੱਚ ਫਤਿਹ ਪ੍ਰਾਪਤ ਕੀਤੀਆਂ ਅਤੇ ਖਾਲਸਾ ਪੰਥ ਖੜ੍ਹਾ ਹੋਇਆ। ਇਸ ਕਰਕੇ ਅੱਜ ਉਹ ਇਸ ਮੁਸੀਬਤ ਵਿੱਚ ਵੀ ਉੱਥੋਂ ਸਾਨੂੰ ਸਾਰਾ ਮੈਦਾਨ ਲੈ ਕੇ ਇੱਥੇ ਪਹੁੰਚਿਆ। ਮੈਂ ਉਹਨਾਂ ਦਾ ਖਾਸ ਕਰਕੇ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਇਹਦੇ ਨਾਲ ਹਾਲਾਂਕਿ ਉਹ ਆਪਣੇ ਬਹੁਤ ਵੱਡੀ ਉਹਨੇ ਸੇਵਾ, ਐਜੂਕੇਸ਼ਨ ਦੀ ਬਹੁਤ ਵੱਡੀ ਪੱਧਰ 'ਤੇ ਸੇਵਾ ਕਰ ਰਿਹਾ, ਹੋਰ ਕਈ ਤਰ੍ਹਾਂ ਦੀਆਂ ਸੇਵਾ ਕਰਦੇ ਆ, ਪਰ ਇੱਥੇ ਆ ਕੇ ਉਹਨਾਂ ਨੇ ਨਗਦ ਸੇਵਾ ਵੀ ਭਾਈ ਰੂਪ ਸਿੰਘ ਉਹਨਾਂ ਨੂੰ ਅਤੇ ਇੱਥੋਂ ਦੇ ਪ੍ਰਧਾਨ ਸਾਹਿਬ ਉਹਨਾਂ ਦਿੱਤੀ ਆ, ਅਤੇ ਉਹਨਾਂ ਨੇ ਆਪ ਹੀ ਇੱਥੇ ਆ ਕੇ ਸੋਚਿਆ ਕਿ ਮੈਂ ਕੋਈ ਆਪਣੀ ਦੁਕਾਨ ਖੋਲ੍ਹਾਂ। ਇੱਕੋ ਹੀ ਸਾਨੂੰ ਦੁਕਾਨ ਬੜੀ ਵੱਡੀ ਹੈ ਸਾਨੂੰ ਮਿਲ ਗਈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਥੱਲੇ ਜਾ ਰਿਹਾ ਅਤੇ ਸਾਰਾ ਕੁਛ ਇਹਨਾਂ ਦੇ ਕੇ ਇੱਥੋਂ ਹੀ ਸਾਰੀ ਵੰਡ ਹੋਏਗੀ, ਇੱਥੋਂ ਸਾਰਾ ਵੀ ਪੂਜਾ ਨਾਲੇ ਪਤਾ ਲੱਗ ਗਿਆ ਸਾਰਾ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਆ। ਇਸ ਕਰਕੇ ਇੱਕੇ ਥਾਂ ਤੋਂ ਮਿਲੇਗਾ, ਇੱਥੇ ਹੀ ਆਉਣ, ਇੱਥੇ ਹੀ ਮੁਸ਼ਕਲਾਂ ਦੱਸਣ, ਇੱਥੋਂ ਮੁਸ਼ਕਲਾਂ ਦਾ ਹੱਲ ਹੋਏਗਾ, ਥਾਂ ਥਾਂ ਕਿਸੇ ਨੂੰ ਜਾਣ ਦੀ ਲੋੜ ਵੀ ਨਹੀਂ ਰਹੇਗੀ। ਇਸ ਕਰਕੇ ਮੈਂ ਸਾਰੀ ਸੰਗਤ ਨੂੰ, ਕਸ਼ਮੀਰ ਦੇ ਸੰਗਤ ਨੂੰ ਤਾਂ ਮੈਂ ਕੀ ਧੰਨਵਾਦ ਕਰਾਂਗਾ ਅਤੇ ਹਮਦਰਦੀ ਪ੍ਰਗਟ ਕਰਨ ਵਾਸਤੇ ਆਇਆ, ਪਰ ਜਿਹੜੀਆਂ ਸੰਗਤਾਂ ਵੱਲੋਂ ਆਈਆਂ ਸੇਵਾ ਕਰਨ ਵਾਸਤੇ ਮੈਂ ਬਾਬਾ ਜੀ ਦਾ, ਉਹਨਾਂ ਨਾਲ ਅੱਜ ਸਾਰੀਆਂ ਜਥੇਬੰਦੀਆਂ ਦਾ ਬਹੁਤ ਧੰਨਵਾਦ ਕਰਦਾ। ਔਰ ਖਾਸ ਕਰਕੇ ਜਿਵੇਂ ਹੁਣ ਕਿਹਾ ਦਰਦੀ ਸਾਹਿਬ, ਜੇ ਆ ਮੀਡੀਆ ਵਾਲਾ ਹੋਵੇ ਤਾਂ ਕੋਈ ਨਹੀਂ ਪੁੱਛਿਆ ਇੱਥੇ ਕੀ ਹੋ ਰਿਹਾ, ਇਹ ਮੀਡੀਆ ਹੀ ਆ ਜਿਹਨੇ ਜਾ ਕੇ ਸਾਰੇ ਸੰਸਾਰ ਵਿੱਚ ਗੱਲ ਕਰਨੀ ਆ, ਲੋਕਾਂ ਨੂੰ ਦੱਸਣਾ ਕਿਤੇ ਕੀ ਹੋ ਰਿਹਾ ਅਤੇ ਇਹਨਾਂ ਨੂੰ ਜਿੱਥਿਆ ਕਿਵੇਂ ਜਾ ਰਿਹਾ। ਜੋ ਅੱਜ ਆਪਦਾ ਆਈਏ ਭਾਵੇਂ ਉਹ ਕਸ਼ਮੀਰ ਵਿੱਚ ਭਾਵੇਂ ਦੂਸਰੀ ਜਗ੍ਹਾ ਆਈਆਂ, ਇਹਨਾਂ ਨੇ ਅੱਜ ਵੱਧ ਚੜ੍ਹ ਕੇ ਇੱਥੇ ਹਿੱਸਾ ਪਾਇਆ ਹੈ, ਔਰ ਜਿੱਥੇ ਉਹ ਵਧਾਈ ਦੇ ਪਾਤਰ ਹਨ ਬਾਬਾ ਬਲਵੀਰ ਸਿੰਘ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਮੱਕੜ, ਜਿਨ੍ਹਾਂ ਨੇ ਸਰਦਾਰ ਰੂਪ ਸਿੰਘ ਹੋਰਾਂ ਦੀ ਇੱਥੇ ਡਿਊਟੀ ਲਾਈ ਆ, 18 ਦਿਨ ਤੋਂ ਉਹ ਇੱਥੇ ਸੇਵਾ ਕਰ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਥੇ ਆਈ ਅਤੇ ਉਹਨਾਂ ਨੇ ਸੇਵਾ ਕੀਤੀ, ਉੱਥੇ ਉਹਨਾਂ ਦੇ ਪ੍ਰਧਾਨ ਨੂੰ ਵੀ ਅਸੀਂ ਵਧਾਈ ਦੇ ਪਾਤਰ ਹਨ ਅਤੇ ਦਿੱਲੀ ਦੀ ਸਮੂਹ ਸੰਗਤ ਵੀ ਵਧਾਈ ਦੀ ਪਾਤਰ ਹੈ। ਨਾਲ ਅੱਜ ਜੋ ਇੱਥੇ ਬਿਪਤਾ ਆਈ ਹੈ ਕਸ਼ਮੀਰੀ ਸਿੱਖਾਂ ਦੀ, ਅੱਜ ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਅੱਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਤਰਨਾ ਦਲ ਅਤੇ ਬਾਬਾ ਬਲਵੀਰ ਸਿੰਘ ਜੀ ਅੱਜ ਉਹਨਾਂ ਨਾਲ ਖੜ੍ਹੇ ਹਨ। ਅੱਜ ਜੋ ਇੱਥੇ ਰਾਜ ਸਮੱਗਰੀ ਲੈ ਕੇ ਆਏ ਹਨ, ਉਹਨਾਂ ਨੂੰ ਦਰਦ ਸੀ ਕਸ਼ਮੀਰੀਆਂ ਨਾਲ, ਇਹ ਨਹੀਂ ਕਿ ਉਹਨਾਂ ਨੂੰ ਸਿੱਖਾਂ ਨਾਲ ਦਰਦ ਸੀ ਪੰਜਾਬੀਆਂ ਨਾਲ ਦਰਦ। ਉਹਨਾਂ ਨੇ ਕਿਹਾ ਕਿ ਅੱਜ ਭਾਵੇਂ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਅੱਜ ਇਹ ਵਿਵਸਥਾ ਦੇ ਵਿੱਚ ਆਏ ਹੈਗੇ ਹਨ। ਅੱਜ ਸਾਡਾ ਫਰਜ਼ ਬਣਦਾ ਹੈ ਨਿਹੰਗ ਸਿੰਘ ਜਥੇਬੰਦੀਆਂ ਦਾ, ਉਹ ਵੀ ਜਾ ਕੇ ਆਪਣਾ ਯੋਗਦਾਨ ਪਾਉਣ, ਅਤੇ ਜਿੱਥੇ ਇਹਨਾਂ ਨੇ ਯੋਗਦਾਨ ਪਾਇਆ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੜੀ ਵਧਾਈ ਦੀ ਪਾਤਰ ਹੈ, ਜਿਹੜਾ ਲਗਾਤਾਰ ਇੱਥੇ ਲੰਗਰ ਚੱਲ ਰਿਹਾ ਹੈ। ਜਿੱਥੇ ਇਹ ਵਧਾਈ ਦੇ ਪਾਤਰ ਉੱਥੇ ਦਰਦੀ ਸਾਹਿਬ, ਜਿਨ੍ਹਾਂ ਨੇ ਲਗਾਤਾਰ ਇਸ ਔਖੀ ਘੜੀ ਦੇ ਵਿੱਚ ਟਾਈਮ ਟੀਵੀ ਚੈਨਲ ਨੂੰ ਕਸ਼ਮੀਰ ਦੇ ਵਿੱਚ ਲਿਆ ਕੇ ਇੱਥੇ ਜੋ ਸੰਸਾਰ ਭਰ ਦੇ ਸਿੱਖਾਂ ਨੂੰ ਇੱਥੇ ਦਾ ਹਾਲ ਦੱਸਿਆ, ਜੋ ਲੋਕਾਂ ਦੇ ਨਾਲ ਇੱਥੇ ਬੀਤਿਆ ਉਹ ਦੱਸਿਆ, ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਔਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਇਹ ਚੈਨਲ ਜੋ ਹੈ ਸਿੱਖਾਂ ਦੀਆਂ ਜੋ ਸਮੱਸਿਆਵਾਂ, ਜੋ ਜਿੱਥੇ ਜਿੱਥੇ ਇਹ ਲੋਕਾਂ ਦੇ ਦੁੱਖ ਆਉਂਦੇ ਹਨ, ਉਹਨਾਂ ਨੂੰ ਇਹ ਟੀਵੀ 'ਤੇ ਦਿਖਾ ਕੇ ਸਿੱਖ ਜਗਤ ਦੇ ਵਿੱਚ ਇੱਕ ਨਾਂ ਉੱਚਾ ਕਰ ਰਹੇ ਹਨ। ਇੱਥੇ ਜਿਹੜੇ ਨੇ ਜੰਮੂ ਕਸ਼ਮੀਰ ਦੇ ਵਿੱਚ, ਸ਼੍ਰੀਨਗਰ ਦੇ ਵਿੱਚ, ਜਿੱਥੇ ਵੀ ਇਹ ਹੜ੍ਹ ਆਏ ਨੇ, ਉਹਦੀ ਰਾਹਤ ਸਮੱਗਰੀ ਲੈ ਕੇ, ਕਿਉਂਕਿ ਪਹਿਲਾਂ ਵੀ ਸਿੰਘ ਭੇਜੇ ਨੇ, ਸਾਨੂੰ ਪਹਿਲਾਂ ਪਤਾ ਨਹੀਂ ਸੀ, ਅਤੇ ਹੁਣ ਆਪਣੇ ਭਾਈ ਰੂਪ ਸਿੰਘ ਜੀ ਹੋਰੀ, ਦਲਜੀਤ ਸਿੰਘ ਬੇਦੀ ਹੋਰਾਂ ਦੇ ਨਾਲ, ਪ੍ਰਧਾਨ ਸਾਹਿਬ ਆਪਣੇ ਸਰਦਾਰ ਅਵਤਾਰ ਸਿੰਘ ਜੀ ਹੋਰਾਂ ਦੇ ਨਾਲ ਇਹ ਗੱਲਬਾਤ ਹੋਈ, ਅਤੇ ਉਹਨਾਂ ਨੇ ਕਿਹਾ ਵੀ ਆਪਾਂ ਉੱਥੇ ਜਿਹੜਾ ਜਾਣਾ, ਜਿੱਥੇ ਆਪਣੇ ਭਾਈ ਰੂਪ ਸਿੰਘ ਜੀ ਅਤੇ ਸਰਦਾਰ ਸਤਵੀਰ ਸਿੰਘ ਜੀ ਸਕੱਤਰ ਬੈਠੇ ਨੇ, ਅਤੇ ਕਿਉਂਕਿ ਸਾਨੂੰ ਇੱਧਰ ਉੱਧਰ ਜਾਵਾਂਗੇ ਪਤਾ ਨਹੀਂ ਲੱਗਦਾ, ਜਿਹੜੇ ਸਾਡੇ ਨਾਲ ਇੱਥੇ ਟਰੱਕ ਆਏ ਨੇ ਅਤੇ ਉਹ ਇੱਥੇ ਹੀ ਇਹਨਾਂ ਨੂੰ, ਸਰਦਾਰ ਗੁਰਜੀਤ ਸਿੰਘ ਜੀ ਹੋਰਾਂ ਨੂੰ, ਇਹਨਾਂ ਨੂੰ ਹੀ ਇੱਥੇ ਰਾਹਤ ਸਮੱਗਰੀ ਆਪੇ ਜਿੱਥੇ ਲੋੜ ਅਨੁਸਾਰ ਇਹ ਦੇਣਗੇ। ਸਾਡਾ ਤਾਂ ਸੇਵਾ ਕਰਨ ਦਾ ਫਰਜ਼ ਬਣਦਾ ਹੈ। ਹੋਰ ਵੀ ਜਿਹੜੇ ਟਰੱਕ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਾਂ ਅਸੀਂ ਜਿਵੇਂ ਹੁਣ ਇੱਥੇ ਦੇਖ ਕੇ ਚੱਲੇ ਹਾਂ,
ਪਹਿਲਾਂ ਵੀ 5 ਲੱਖ ਰੁਪਏ ਦਾ ਉੱਥੇ ਜਿਹੜਾ ਆਪਣੇ ਸੇਵਾ ਕੀਤੀ ਹੈ। ਸਾਡੇ ਜਿਹੜੇ ਬੁੱਢਾ ਦਲ ਪਬਲਿਕ ਸਕੂਲ ਹੈ ਉਹਨਾਂ ਦੇ ਸਟਾਫ ਨੇ ਵੀ 2-2 ਦਿਨ ਦੀ ਤਨਖਾਹ ਜਿਹੜੀ ਕਟਾਈ, ਬੱਚਿਆਂ ਨੇ ਵੀ ਹਿੱਸਾ ਪਾਇਆ ਅਤੇ 11 ਲੱਖ ਰੁਪਏ ਦਾ ਜਿਹੜਾ ਯੋਗਦਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਿਹੜਾ ਪਾਇਆ ਗਿਆ ਅਤੇ ਉਹਦੇ ਵਿੱਚ ਬਾਬਾ ਨਾਗਰ ਸਿੰਘ ਜੀ ਹੋਰਾਂ ਨੇ ਵੀ 1 ਲੱਖ ਰੁਪਈਆ ਜਿਹੜਾ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਵੱਲੋਂ ਵੀ ਭੇਟ ਕੀਤਾ। ਅਤੇ ਮੈਂ ਜਿਹੜੇ ਸ਼੍ਰੀਨਗਰ ਜੰਮੂ ਕਸ਼ਮੀਰ ਦੀ ਸੰਗਤ ਹੈ ਇਹਨੂੰ ਭਾਵੇਂ ਕੋਈ ਵੀ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਹੀ ਜਿਹੜੇ ਧਰਮ ਨੇ ਆਪਣੀ ਆਪਣੀ ਜਗ੍ਹਾ ਸਤਿਕਾਰਯੋਗ ਨੇ ਅਤੇ ਆਪਾਂ ਜਿਹੜੀ ਸਿੱਖ ਕੌਮ ਜਿਹੜੀ ਹੈ ਇਹ ਮਹਾਰਾਜ ਨੇ ਖਾਲਸੇ ਪੰਥ ਦੀ ਸਾਜਨਾ ਹੀ ਗਊ ਗਰੀਬ ਦੀ ਰੱਖਿਆ ਵਾਸਤੇ ਕੀਤੀ ਸੀ। ਭਾਵੇਂ ਉਹ ਕਿਸੇ ਵੀ ਮਹਾਰਾਜ ਦਾ ਕਿਸੇ ਜਾਤ ਨਾਲ ਕੋਈ ਵੈਰ ਵਿਰੋਧ ਨਹੀਂ ਸੀ। ਭਾਵੇਂ ਜਿਵੇਂ ਮਹਾਰਾਜ ਨੇ ਕਿਹਾ, ਜਿਵੇਂ ਭਾਈ ਘਨੱਈਆ ਜੀ ਦਾ ਜ਼ਿਕਰ ਕੀਤਾ ਆਪਣੇ ਸਰਦਾਰ ਅਵਤਾਰ ਸਿੰਘ ਜੀ ਹਿੱਤ ਹੋਰਾਂ ਨੇ, ਉਹਨਾਂ ਨੇ ਬਗੈਰ ਜਿਵੇਂ ਉਹ ਜਾਤ ਪਾਤ ਜਾਂ ਕਿਸੇ ਵੀ ਵੈਰੀ ਨੂੰ ਫਿਰੇ ਪਿਆਉਂਦਾ ਪਾਣੀ ਘਨੱਈਆ ਦੁਸ਼ਮਣ ਨੂੰ, ਉਸੇ ਤਰ੍ਹਾਂ ਜਿਵੇਂ ਸਿੱਖ ਹੈ ਸਿੱਖ ਕੌਮ ਹੈ ਜਾਂ ਆਪਣੇ ਤੁਸੀਂ ਦੇਖਦੇ ਹੋ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ, ਮੈਂ ਇਹ ਜਿਹੜਾ ਨਿਹੰਗ ਸਿੰਘਾਂ ਦਾ ਜਿਹੜਾ ਉਹ ਅਕਸ ਬਣਿਆ ਹੋਇਆ ਵੀ ਸ਼ਾਇਦ ਇਹ ਆਪਣੇ ਲੈਣ ਹੀ ਜਾਣਦੇ ਨੇ, ਨਿਹੰਗ ਸਿੰਘ ਲੈਣ ਨਹੀਂ ਆਪਣੇ ਸੇਵਾ ਵੀ ਕਰਨ ਜਾਣਦੇ ਨੇ, ਸੇਵਾ ਦੇ ਵਿੱਚ ਵੀ ਵਿੱਦਿਆ ਦੇ ਵਿੱਚ ਵੀ ਹਰ ਚੀਜ਼ ਦੇ ਵਿੱਚ ਮੋਹਰੀ ਨੇ। ਮਹਾਰਾਜ ਦੀ ਕਿਰਪਾ ਹੈ ਜੇ ਸ਼੍ਰੋਮਣੀ ਕਮੇਟੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੀ ਸੰਤ ਮਹਾਂਪੁਰਸ਼ ਸੇਵਾ ਨਿਭਾ ਰਹੇ ਨੇ ਅਤੇ ਉਹਦੇ ਨਾਲ ਮੇਰੀ ਇਹ ਦਿੱਲੀ ਇੱਛਾ ਸੀ। ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕੀਤੀ ਫੋਨ ਕਰਕੇ, ਮੈਂ ਤੁਹਾਡੀ ਟਿਕਟ ਲੈਂਦਾ, ਆਪਾਂ ਸਾਰੇ ਚੱਲੀਏ ਅਤੇ ਉੱਥੇ ਜਿਹੜਾ ਬਾਣੀ ਅਤੇ ਬਾਣੇ ਦਾ ਜਿਹੜਾ ਉਹਨਾਂ ਨੂੰ ਵੀ ਦੱਸੀਏ ਵੀ ਨਿਹੰਗ ਸਿੰਘ ਫੌਜਾਂ ਵੀ ਸੇਵਾ ਦੇ ਵਿੱਚ ਅਸੀਂ ਮੋਹਰੀ ਹੋ ਕੇ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਮੇਰੀ ਦਿਲੋਂ ਹਮਦਰਦੀ ਹੈ ਤੁਹਾਡੇ ਨਾਲ ਪ੍ਰਧਾਨ ਜੀ, ਜਿਹੜੇ ਵੀ ਇੱਥੇ ਸਾਡੇ ਆਪਣੇ ਸਿੱਖਾਂ ਨਾਲ ਕਿ ਹਿੰਦੂ ਮੁਸਲਿਮ ਜਿਹੜੇ ਵੀ ਇੱਥੇ ਆਪਣੇ ਇਹ ਦੁਖਦਾਈ ਘਟਨਾਵਾਂ ਵਾਪਰੀਆਂ ਨੇ, ਕੁਦਰਤ ਦਾ ਕਹਿਰ ਜਿਹੜੇ ਹੜ੍ਹ ਆਏ ਨੇ, ਆਪਾਂ ਤਨੋ ਮਨੋ ਧਨੋ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਅੱਗੇ ਵੀ ਜੋ ਵੀ ਅਸੀਂ ਭੇਜਦੇ ਰਹਾਂਗੇ ਉਹ ਤੁਹਾਡੇ ਆਪਣੇ ਹਰ ਜਿਹੜਾ ਇੱਥੇ ਪਹੁੰਚਾਵਾਂਗੇ, ਜੋ ਵੀ ਵੱਧ ਤੋਂ ਵੱਧ ਸੇਵਾ ਕਰ ਸਕੇ ਸੇਵਾ ਤੁਹਾਡੇ ਨਾਲ ਨਿਭਾਵਾਂਗੇ। ਦੋਸਤੋ, ਅੱਜ ਅਸੀਂ ਵੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਗੁਰਦੁਆਰਾ ਨਾਨਕ ਪਿਆਓ ਵਿਖੇ ਮਨਾਇਆ ਗਿਆ ਅਤੇ ਨਾਲ ਹੀ ਅਸੀਂ ਵੇਖਿਆ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਦੀ ਮਲਕੀਅਤ ਕਿਸੇ ਕੀਮਤ 'ਤੇ NDMC ਨੂੰ ਨਹੀਂ ਦਿੱਤੇ ਜਾਣ ਸੰਬੰਧੀ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਸਿੱਖ ਸੰਗਤਾਂ ਨੂੰ ਭਰੋਸਾ ਦਿੱਤਾ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਪ੍ਰੋਗਰਾਮ ਗੂੰਜਾ ਸਿੱਖ ਵਿਰਸੇ ਦਾ ਲੈ ਕੇ ਫਿਰ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।